ਜੋ ਥਾਣੇ ਦੇ ਵਿੱਚ ਪਹਿਲੀ ਪੁਲਿਸ ਸੀ ਜੀ ਉਹ ਸਾਰਿਆਂ ਨੂੰ ਉੱਥੋਂ ਬਦਲੀ ਕਰ ਦਿੱਤਾ ਗਿਆ। ਇਹ ਜਿਹੜੀ ਪੁਲਿਸ ਆਈ ਆ ਇਹ ਨਵੀਂ ਆਈ ਆ ਲਖਨਊ ਤੋਂ, ਵੀ ਕੰਮ ਕਰਦਾ ਉਹ ਸਾਰੇ ਦੋਸਤ ਹੀ ਕਰਦੇ ਆ, ਹੋਰ ਕਿਸੇ ਨੂੰ ਕੁਛ ਬਿਲਕੁਲ ਵੀ ਪਤਾ ਨਹੀਂ ਹੁੰਦਾ। ਇਹ ਨਹੀਂ ਆ ਕਿ ਮਤਲਬ ਉਹਨੂੰ ਕਰੰਟ ਲੱਗਾ, ਐਸਾ ਕੁਛ ਵੀ ਨਹੀਂ, ਉਹਨੂੰ ਪਲੈਨ ਕਰਕੇ ਫਿਰ ਮਾਰਿਆ ਗਿਆ ਬੱਚੇ ਅਤੇ ਬਾਕੀ ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ। ਉਹਦੇ ਲਾਸ਼ਾਂ ਬਹੁਤ ਪਈਆਂ ਸੀਗੀਆਂ, ਇੱਕ ਉਹਦੀ ਮੁੰਡਾ ਜਿਹੜਾ ਸੀਗਾ ਉਹ ਤੋੜਿਆ ਗਿਆ ਆ। ਇਹ ਕਹਿੰਦਾ ਨਾ ਕਿ ਕਰੰਟ ਦੇ ਨਾਲ ਲੱਗ ਕੇ ਮਰਿਆ ਆ, ਅਤੇ ਕਰੰਟ ਦੇ ਨਾ ਤਾਂ ਉੱਤਲੇ ਪਾਸੇ ਕੋਈ ਤਾਰ ਸੀਗੀ ਨਾ ਹੀ ਕੋਈ ਥੱਲੜੇ ਪਾਸੇ ਤਾਰ। ਉਹ ਬੱਚੇ ਦੀ ਇੰਨੀ ਮਤਲਬ ਹਾਲਤ ਖਰਾਬ ਕੀਤੀ ਗਈ, ਜਿਉਂਦਾ ਜੀ ਤਾਂ ਛੱਡੋ, ਉਹਨੂੰ ਮਰੇ ਹੋਏ ਨੂੰ ਵੀ ਜਿਹੜਾ ਡਾਕਟਰ ਪੋਸਟਮਾਰਟਮ ਕਰਨ ਵਾਲਾ ਸੀਗਾ ਨਾ, ਉਹਨੇ ਪੋਸਟਮਾਰਟਮ ਜਿਹੜਾ ਆ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ। ਮੌਤ ਹੋਈ ਆ ਜਾਂ ਉਦੋਂ ਮਰਡਰ ਕੀਤਾ ਗਿਆ ਉਹਦਾ, ਅਤੇ ਹੁਣ ਬਦਮਾਸ਼ ਜਿਹੜੇ ਆ ਖੁੱਲ੍ਹੇ ਆਪ ਵਿੱਚ ਮਰ ਰਹੇ ਆ, ਉਹਨਾਂ ਨੂੰ ਰੈਸਕਿਊ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਬੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਦੇ ਹਾਂ ਇੱਕ ਵਾਰੀ ਫਿਰ ਤੋਂ ਹਰਚਰਨ ਕੇਸ ਮਾਮਲੇ ਦੇ ਬਾਰੇ। ਹਰਚਰਨ ਸਿੰਘ ਦੇ ਕੇਸ ਦੇ ਵਿੱਚ ਕੀ ਸਿਰਫ ਇਹੀ ਹੋਇਆ ਕਿ ਉਸਨੇ ਅੰਨਾ ਪਿਆਰ ਕੀਤਾ ਅਤੇ ਅੰਨਾ ਵਿਸ਼ਵਾਸ ਕਰਨ ਤੋਂ ਬਾਅਦ ਉਸ ਮੁੰਡੇ ਨੂੰ ਧੋਖਾ ਮਿਲਿਆ, ਕਿ ਉਸਦਾ ਕਤਲ ਕੀਤਾ ਗਿਆ ਸੀ ਜਾਂ ਫਿਰ ਕੋਈ ਅਨਹੋਣੀ ਘਟਨਾ ਹੋਈ ਤੇ ਉਹ ਮੌਤ ਦੇ ਮੂੰਹ ਜਾ ਪਿਆ। ਇਹ ਦੋਵੇਂ ਗੱਲਾਂ ਨੂੰ ਲੈ ਕੇ ਪੁਲਿਸ ਦਾ ਕੁਝ ਹੋਰ ਕਹਿਣਾ ਅਤੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਵਿਅਕਤੀਆਂ ਦਾ ਕੁਝ ਹੋਰ ਕਹਿਣਾ। ਐਸੇ ਦੇ ਚਲਦੇ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ, ਕ੍ਰਾਈਮ ਬ੍ਰਾਂਚ ਦੇ ਕੋਲ ਮਾਮਲਾ ਪਹੁੰਚਿਆ ਤੇ ਉਸ ਤੋਂ ਬਾਅਦ ਪਹੁੰਚ ਗਿਆ ਸੀਬੀਆਈ ਦੇ ਕੋਲ। ਪਰਿਵਾਰ ਦੇ ਵੱਲੋਂ ਹੁਣ ਇੱਕ ਉਮੀਦ ਜਤਾਈ ਜਾ ਰਹੀ ਹੈ ਕਿ ਇਨਸਾਫ ਮਿਲੇਗਾ, ਪਰ ਕੀ ਵਾਕਈ ਹੀ ਇਨਸਾਫ ਦੀ ਰਾਹ ਤੇ ਚੱਲ ਰਿਹਾ ਸਭ ਕੁਝ? ਇਸ ਮਾਮਲੇ ਦੇ ਬਾਰੇ ਵਧੇਰੇ ਜਾਣਕਾਰੀ ਲੈਂਦੇ ਹਾਂ। ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਸੋਢੀ ਧਾਰੀਵਾਲ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ। ਸਰ, ਜਿਹੜਾ ਇਹ ਸਾਰਾ ਮਾਮਲਾ ਹੋਇਆ ਹੈ ਇਸ ਦੇ ਬਾਬਤ ਵੱਡੀ ਜਾਣਕਾਰੀ ਇਹ ਮਿਲੀ ਹੈ ਕਿ ਹਰਚਰਨ ਸਿੰਘ ਦੇ ਦੋਸਤਾਂ ਨੂੰ ਪੁਲਿਸ ਦੇ ਵੱਲੋਂ ਹੁਣ ਲਿਜਾਇਆ ਗਿਆ। ਇਹ ਕੀ ਮਾਮਲਾ ਹੈ, ਕਦੋਂ ਉਹਨਾਂ ਨੂੰ ਲਿਜਾਇਆ ਗਿਆ ਸੀ, ਕਿੱਥੋਂ ਚੁੱਕਿਆ ਗਿਆ ਸੀ, ਕਿੰਨੇ ਵਜੇ ਦਾ ਉਹ ਸਮਾਂ ਸੀ, ਇਸ ਬਾਰੇ ਜਾਣਨਾ ਚਾਹਾਂਗੇ। ਜੋ ਥਾਣੇ ਦੇ ਵਿੱਚ ਪਹਿਲੀ ਪੁਲਿਸ ਸੀਗੀ ਉਹ ਸਾਰਿਆਂ ਨੂੰ ਉੱਥੋਂ ਬਦਲੀ ਕਰ ਦਿੱਤਾ ਗਿਆ। ਇਹ ਜਿਹੜੀ ਪੁਲਿਸ ਆਈ ਆ ਇਹ ਨਵੀਂ ਆਈ ਆ ਲਖਨਊ ਤੋਂ ਟੀਮ ਜੀ, ਲਖਨਊ, ਹਾਂਜੀ ਲਖਨਊ ਤੋਂ ਟੀਮ ਆਈ ਆ। ਤੇ ਫਿਰ ਇਹਨਾਂ ਨੇ ਕੱਲ 5 ਵਜੇ ਇਹਨਾਂ ਦੇ ਦੋਸਤਾਂ ਦੇ ਘਰ ਗਈ ਆ, ਇੱਕ ਜਿਹਦਾ ਨਾਂ ਨਿੰਮਾ ਆ, ਉਹਨੂੰ ਘਰੋਂ ਘਰ ਕਮ ਸੇ ਕਮ ਵੀ 1 ਘੰਟਾ ਪੁੱਛਤਾਛ ਹੁੰਦੀ ਆ। ਪੁੱਛਤਾਛ ਹੋਣ ਤੋਂ ਬਾਅਦ ਫਿਰ ਉਹਨੂੰ ਲੈ ਜਾਂਦੇ ਨੇ। ਲੈ ਜਾਣ ਤੋਂ ਬਾਅਦ ਚ ਫਿਰ ਜਿਹੜਾ ਇਹਦਾ ਦੂਸਰਾ ਫਰੈਂਡ ਸੀਗਾ ਅਰਜੁਨਪੁਰ ਦਾ, ਉਹਨੂੰ ਵੀ ਉਹਦੇ ਘਰ ਜਾਂਦੀ ਆ, ਉਹਦੇ ਘਰੋਂ ਜਾ ਕੇ ਫਿਰ ਉਹਨੂੰ ਵੀ ਫੜਦੇ ਆ, ਫੜ ਕੇ ਤੇ ਲੈ ਕੇ ਜਾਂਦੇ ਆ। ਲੈ ਜਾਣ ਤੋਂ ਬਾਅਦ ਫਿਰ ਪੁੱਛਤਾਛ ਕਰਦੇ ਆ, ਪੁੱਛਤਾਛ ਕਰਨ ਤੋਂ ਬਾਅਦ ਫਿਰ ਰਾਤ ਨੂੰ ਉਹਨਾਂ ਨੂੰ ਕੋਈ 10-10:30 ਤੱਕ ਛੱਡ ਦਿੰਦੇ ਆ ਜੀ। ਇਹ ਸਾਰੀ ਘਟਨਾ ਬੀਤੀ ਰਾਤ ਦੀ ਹੈ, ਸ਼ਾਮ ਨੂੰ 5 ਵਜੇ ਚੱਕਿਆ ਤੇ 5 ਘੰਟੇ ਬਾਅਦ ਤਕਰੀਬਨ 10 ਵਜੇ ਉਹਨਾਂ ਨੂੰ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਗੱਲਬਾਤ ਹੋ ਪਈ ਹੈ ਤੁਹਾਡੀ ਦੋਸਤਾਂ ਦੇ ਨਾਲ? ਅਜੇ ਉਹਨਾਂ ਦੇ ਦੋਸਤਾਂ ਦੇ ਨਾਲ ਕੋਈ ਮੇਰੀ ਗੱਲਬਾਤ ਨਹੀਂ ਹੋਈ, ਪਰ ਉਹਦੇ ਚਾਚੇ ਜੀ ਦਾ ਜੋ ਲੜਕਾ ਹੈ ਕਰਮਵੀਰ, ਉਹਦੇ ਨਾਲ ਗੱਲਬਾਤ ਹੋਈ ਸੀ ਜੀ। ਉਹਨਾਂ ਨੇ ਕਰਮਵੀਰ ਨੇ ਦੱਸਿਆ ਤੇ ਬਹੁਤ ਸਾਰਾ ਕੁਛ ਆ, ਪਰ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਜੀ, ਕਿਉਂਕਿ ਉਹਨਾਂ ਨੇ ਬਹੁਤ ਉਹਦੇ ਦੋਸਤਾਂ ਬਾਰੇ ਤੇ ਉਹਨਾਂ ਦੇ ਮਤਲਬ ਜਿਹੜਾ ਆ ਖਾਣ ਪੀਣ ਬਾਰੇ ਹੋਰ ਮਤਲਬ ਫ੍ਰੈਂਡ ਵਗੈਰੇ ਦੱਸਿਆ ਸਾਰਾ ਕੁਛ ਉਹਨੇ, ਪਰ ਮੈਂ ਨਹੀਂ ਦੱਸ ਜੀ ਜੀ। ਇਹ ਜਾਣਕਾਰੀ ਜਦ ਤੱਕ ਨਹੀਂ ਕੀਤੀ ਜਾ ਸਕਦੀ ਸੀ, ਸਮਝਦੇ ਹਾਂ, ਪਰ ਕੀ ਦੋਸਤ ਆਪਣੇ ਦੋਸਤ ਦਾ ਹਰਚਰਨ ਸਿੰਘ ਦਾ ਸਾਥ ਦੇਣਗੇ ਇਨਸਾਫ ਦਿਵਾਉਣ ਦੇ ਵਿੱਚ, ਇਸ ਬਾਬਤ ਦੱਸ ਸਕਦੇ ਹੋ? ਇਸ ਤਰ੍ਹਾਂ ਸਾਥ ਹੁਣ ਇਹਨਾਂ ਨੂੰ ਪਤਾ ਕਿ ਜਿਹੜਾ ਮੁਜ਼ਰਿਮ ਆ ਉਹ ਕੌਣ ਆ, ਕਲੀਅਰ ਹੋ ਜਾਏ ਇੱਕ ਵਾਰੀ, ਜਦ ਲੜਕੀ ਵਾਲੇ ਆ ਜਾਂ ਦੋਸਤ, ਇੱਕ ਵਾਰੀ ਕਲੀਅਰ ਜਿਹੜਾ ਹੈ ਨਾ। ਜ਼ਿਆਦਾਤਰ ਮੈਡਮ ਸੱਚ ਇਹੋ ਹੁੰਦਾ ਆ ਕਿ ਜੋ ਹੁਣੀ ਕੰਮ ਕਰਦਾ ਉਹ ਸਾਰੇ ਦੋਸਤ ਹੀ ਕਰਦੇ ਆ, ਹੋਰ ਕਿਸੇ ਨੂੰ ਕੁਛ ਬਿਲਕੁਲ ਵੀ ਪਤਾ ਨਹੀਂ ਹੁੰਦਾ ਸਾਰਾ ਕੁਛ ਜਿਹੜਾ ਆ। ਹਾਂ, ਸਾਰਾ ਕੁਛ ਦੋਸਤਾਂ ਨੂੰ ਹੀ ਪਤਾ ਹੁੰਦਾ ਹੈ, ਕਿੱਥੇ ਜਾਂਦਾ, ਕੀ ਕਰਦਾ, ਕੀ ਨਹੀਂ, ਕਿਹਦੇ ਨਾਲ ਗੱਲਬਾਤ ਕਰਦਾ, ਉਹ ਸਾਰਾ ਕੁਛ ਉਹਨਾਂ ਨੂੰ। ਹੁਣ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਦਿਲ ਦੇ ਵਿੱਚ ਜੇ ਅਗਰ ਬੇਈਮਾਨੀ ਆ ਜਾਵੇ ਤੇ ਹੋ ਸਕਦਾ ਹੈ ਕਿ ਕੁਛ ਨਾ ਕੁਛ ਹੋ ਜਾਏ। ਕਰੰਟ ਲੱਗਣ ਵਾਲੀ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਕਰੰਟ ਲੱਗ
हाँ जी करंट लगन वाली करंट लगन जी नहीं मैडम करंट लगन वाली कोई गल ऐसी है ही नहीं है करंट करंट ओनू बिल्कुल भी नहीं लग्या गल ओदा प्लान करके मर्डर किया गया है वो बच्चे का कोई करंट नहीं लगा कोई कुछ नहीं करंट जिहड़ा हुंदा है तुहानू पता है करंट अगर लगता है तो खून जिहड़ा है वो सारा चूस जाता है मतलब एक बूंद नहीं रहन दिंदा पर उहदे नक्क दे विचों खून निकल गया सीगा इत्थे मतलब मुक्कियां वज्जियां सीगियां एक ओदी जिहड़ा गोडा है लत्त का वह टुटा सीगा बाकी ओदे लाशां जिहड़ियां वह पईयां हैगियां ते इहदा यह नहीं है कि मतलब ओनू करंट लगा है ऐसा कुछ भी नहीं ओनू प्लैन करके फिर मारिया गया बच्चे नूं जी ਹੁਣ ਜਦੋਂ ਸੀਬੀਆਈ ਇਸ ਮਾਮਲੇ ਦੇ ਵਿੱਚ ਆ ਗਈ ਹੈ ਪੁੱਛਗਿੱਛ ਸ਼ੁਰੂ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲ ਜਾਣਾ ਸੀਬੀਆਈ ਕ੍ਰਾਈਮ ਬ੍ਰਾਂਚ ਜਿਹੜੀ ਆ ਉਹ ਜਾਂਚ ਕਰਨ ਲਈ ਸੀਗੀ ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਕਰਨ ਵਾਲਾ ਜਿਹੜਾ ਵੱਡਾ ਅਫਸਰ ਸੀਗਾ ਉਹ ਸੀਗਾ ਮੁਸਲਮਾਨ ਇਹਨਾਂ ਨੇ ਉਹ ਬਦਲੀ ਕਰਵਾ ਦਿੱਤੀ ਆ ਕਿਹਨਾਂ ਨੇ ਬਦਲੀ ਕਰਵਾਈ ਆ ਉਹ ਇਹ ਬਦਲੀ ਜਿਹੜੀ ਆ ਹੁਣ ਇਹਨਾਂ ਨੂੰ ਪਤਾ ਕਿ ਸ਼ਾਇਦ ਇਹਨਾਂ ਨੇ ਬਦਲੀ ਕਰਵਾਈ ਆ ਜਾਂ ਪੁਲਿਸ ਪ੍ਰਸ਼ਾਸਨ ਨੇ ਖੁਦ ਮਤਲਬ ਜਿਹੜਾ ਹੈ ਵੱਡੇ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਮਤਲਬ ਕੀਤਾ ਆ ਅਸੀਂ ਡੀ ਐਸ ਪੀ ਦੇ ਨਾਲ ਵੀ ਗੱਲ ਕਰਕੇ ਐਸ ਐਸ ਪੀ ਦੇ ਨਾਲ ਵੀ ਗੱਲ ਕਰ ਚੁੱਕੇ ਹਾਂ ਉੱਥੋਂ ਦਾ ਜਿਹੜਾ ਨੇਤਾ ਆ ਉਹਦੇ ਨਾਲ ਵੀ ਗੱਲ ਕਰ ਚੁੱਕੇ ਹਾਂ ਡੀ ਐਸ ਪੀ ਦੇ ਕੋਲ ਜਾਂਦੇ ਹਾਂ ਤੇ ਉਹ ਕਹਿੰਦਾ ਹੈ ਕਿ ਇਹ ਕਰੰਟ ਦੇ ਨਾਲ ਲੱਗ ਕੇ ਮਰਿਆ ਆ ਕਰੰਟ ਦੇ ਲੱਗ ਕੇ ਨਾਲ ਮਰਿਆ ਤੇ ਪਰ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹਾਂ ਕਿਉਂਕਿ ਅਸੀਂ ਤੇ ਮਤਲਬ ਜਿਹੜਾ ਖੁਦ ਵੇਖਿਆ ਆ ਕਿ ਉਹਦੇ ਕਰੰਟ ਥੋੜਾ ਜਿਹਾ ਲੱਗਾ ਆ ਜ਼ਿਆਦਾ ਨਹੀਂ ਤੇ ਬਾਕੀ ਉਹਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਦੇ ਲਾਸ਼ਾਂ ਬਹੁਤ ਪਈਆਂ ਸੀਗੀਆਂ ਇੱਕ ਉਹਦੀ ਗੋਡਾ ਜਿਹੜਾ ਸੀਗਾ ਉਹ ਤੋੜਿਆ ਗਿਆ ਆ ਠੀਕ ਹੈ ਜੀ ਨੱਕ ਤੇ ਮੁੱਕੀਆਂ ਵੱਜੀਆਂ ਲਹੂ ਉਹਦਾ ਜਿਹੜਾ ਸੀਗਾ ਉਹ ਵਗਣ ਡਿਆ ਉਹ ਬੱਚੇ ਦਾ ਤੇ ਇਹ ਤਾਰ ਦੇ ਨਾਲ ਬਿਜਲੀ ਲੱਗ ਕੇ ਨਹੀਂ ਮਰਿਆ ਉਹਨੂੰ ਪਲੈਨ ਕਰਕੇ ਫਿਰ ਉਹਦਾ ਮਰਡਰ ਕੀਤਾ ਗਿਆ ਹੈ ਜੀ 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 ਜਿਵੇਂ ਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੰਟ ਲੱਗਣ ਦੇ ਨਾਲ ਮਰਿਆ ਜੇਕਰ ਕਰੰਟ ਲੱਗਿਆ ਵੀ ਹੈ ਤਾਂ ਗਵਾਂਢੀਆਂ ਦੇ ਖੇਤ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੰਟ ਵਾਲੀ ਤਾਰ ਸੀ ਤਾਂ ਕਾਰਵਾਈ ਕਿਸੇ ਤੇ ਤਾਂ ਬਣਦੀ ਹੈ ਨਾ ਪੁਲਿਸ ਦੇ ਵੱਲੋਂ ਕਾਰਵਾਈ ਦੇ ਵਿੱਚ ਕਿਹਦਾ ਕਿਹਦਾ ਨਾਮ ਲਿਖਿਆ ਗਿਆ ਜਿਹੜਾ ਪਰਚਾ ਦਰਜ ਕੀਤਾ ਗਿਆ ਉਸਦੇ ਵਿੱਚ ਕਿਹਦਾ ਕਿਹਦਾ ਨਾਮ ਸੀ ਮੈਡਮ ਜਿਹੜਾ ਇਹ ਕਹਿੰਦਾ ਨਾ ਕਿ ਕਰੰਟ ਦੇ ਨਾਲ ਲੱਗ ਕੇ ਮਰਿਆ ਆ ਤੇ ਕਰੰਟ ਤੇ ਨਾ ਤੇ ਉਤਲੇ ਪਾਸੇ ਕੋਈ ਤਾਰ ਸੀਗੀ ਨਾ ਹੀ ਕੋਈ ਥੱਲੜੇ ਪਾਸੇ ਤਾਰ ਉਹ ਬੱਚੇ ਦੀ ਇੰਨੀ ਮਤਲਬ ਹਾਲਤ ਖਰਾਬ ਕੀਤੀ ਗਈ ਮਤਲਬ ਜਿਉਂਦਾ ਜੀ ਤੇ ਛੱਡੋ ਉਹਨੂੰ ਮਰੇ ਹੋਏ ਨੂੰ ਵੀ ਜਿਹੜਾ ਡਾਕਟਰ ਪੋਸਟਮਾਰਟਮ ਕਰਨ ਵਾਲਾ ਸੀਗਾ ਨਾ ਉਹਨੇ ਪੋਸਟਮਾਰਟਮ ਜਿਹੜਾ ਆ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਬਾਡੀ ਪੂਰੀ ਖੁੱਲੀ ਸੀਗੀ ਉਹਦੀ ਬਾਡੀ ਉਹਦੀ ਪੂਰੀ ਖੁੱਲੀ ਸੀਗੀ ਉਹਦੇ ਪਰਿਵਾਰ ਨੇ ਮੈਨਾਂ ਹੁਣੇ ਜੇ ਗੱਲ ਕੀਤੀ ਆ ਬਾਡੀ ਅਸੀਂ ਉਹਨੂੰ ਨਵਾਇਆ ਜਦੋਂ ਉਹਦਾ ਸੰਸਕਾਰ ਕਰਨਾ ਸੀ ਅਸੀਂ ਉਹਨੂੰ ਨਵਾਇਆ ਨਹੀਂ ਆ ਜੀ ਉਹਨੂੰ ਅਸੀਂ ਨਵਾਇਆ ਨਹੀਂ ਨਵਾਇਆ ਨਹੀਂ ਅਸੀਂ ਉਹਦੀ ਬਾਡੀ ਜਿਹੜੀ ਆ ਮਤਲਬ ਇਸ ਤਰ੍ਹਾਂ ਹੀ ਲਿਆ ਕੇ ਤੇ ਸਿੱਧਾ ਅਸੀਂ ਉਹਦਾ ਸੰਸਕਾਰ ਕਰਤਾ ਕਿਉਂਕਿ ਬਾਡੀ ਜਿਹੜੀ ਹੈ ਉਹ ਖੁੱਲ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਚੰਗੀ ਤਰ੍ਹਾਂ ਮਤਲਬ ਜਿਹੜਾ ਆ ਪੋਸਟਮਾਰਟਮ ਨਹੀਂ ਕੀਤਾ ਜਗ੍ਹਾ ਜਗ੍ਹਾ ਟਾਂਕੇ ਲਾਏ ਸੀ ਤੇ ਪਾਣੀ ਸਰੀਰ ਦੇ ਵਿੱਚੋਂ ਪਾਣੀ ਜਿਹੜਾ ਹੈ ਨਾ ਉਹ ਨਿਕਲਦਾ ਸੀਗਾ ਤੇ ਹੁਣ ਤੁਸੀਂ ਇਹ ਦੱਸੋ ਕਿ ਜੇ ਅਗਰ ਸਰੀਰ ਵਿੱਚੋਂ ਅਗਰ ਪਾਣੀ ਆਉਂਦਾ ਆ ਤੇ ਫਿਰ ਬਿਜਲੀ ਲੱਗਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜੀ ਤੁਸੀਂ ਉਹ ਬਾਡੀ ਖੁਦ ਦੇਖੀ ਸੀ ਹਰਚਰਨ ਸਿੰਘ ਦੀ ਮ੍ਰਿਤਕ ਦੇ ਮੈਨੂੰ ਵੀਡੀਓ ਕਾਲ ਕਰਵਾਈ ਸੀਗੀ ਵੀਡੀਓ ਕਾਲ ਤੇ ਮੈਂ ਵੇਖੀ ਤੁਸੀਂ ਦੇਖੀ ਸੀ ਉਹ ਵੀ ਉਸ ਬਾਡੀ ਦੀਆਂ ਤਸਵੀਰਾਂ ਵੀ ਹੋਣਗੀਆਂ ਘਰਦਿਆਂ ਦੇ ਕੋਲ ਜੀ ਉਹਨਾਂ ਨੇ ਮੈਨੂੰ ਅਗਲੇ ਪਾਸੇ ਆ ਗਿਆ ਫਿਰ ਜਿਹੜੀ ਤਸਵੀਰਾਂ ਜਿਹੜੀਆਂ ਆ ਮਤਲਬ ਇਹਦੇ ਜੀਜਾ ਜਿਹੜਾ ਹੈ ਨਾ ਉਹਦੇ ਅਗਰ ਉਹਨੇ ਖਿੱਚੀਆਂ ਹੋਈਆਂ ਤਾਂ ਉਹਦੇ ਕੋਲ ਜ਼ਰੂਰ ਹੋਣਗੀਆਂ ਫਿਰ ਅਸੀਂ ਤੁਹਾਡੇ ਨਾਲ ਮਤਲਬ ਸਾਂਝਾ ਕਰਾਂਗੇ ਕੋਈ ਵੀ ਫੋਟੋਆਂ ਯਾਨੀ ਕਿ ਉਹ ਤਸਵੀਰਾਂ ਹੈਗੀਆਂ ਤੇ ਬੱਚੇ ਦੀ ਮ੍ਰਿਤਕ ਦੇ ਅਜਿਹੀ ਸੀ ਕਿ ਉਸਨੂੰ ਨਵਾਇਆ ਨਹੀਂ ਗਿਆ ਕਾਰਨ ਇਹ ਸੀਗਾ ਕਿ ਉਸਦੀ ਬਾਡੀ ਦੇ ਉੱਪਰ ਸਹੀ ਤਰੀਕੇ ਦੇ ਨਾਲ ਟਾਂਕੇ ਤੱਕ ਨਹੀਂ ਲਗਾਏ ਗਏ ਸਨ ਔਰ ਡਾਕਟਰ ਕਿੱਥੋਂ ਦੱਸ ਜਿਨ੍ਹਾਂ ਦੇ ਵੱਲੋਂ ਪੋਸਟਮਾਰਟਮ ਕੀਤਾ ਗਿਆ ਇਸ ਤਰ੍ਹਾਂ ਨਾ ਮੈਡਮ ਜੀ ਡਾਕਟਰਾਂ ਨੇ ਵੀ ਪੈਸਾ ਖਾਧਾ ਜਿਹੜੇ ਉੱਥੇ ਪੁਲਿਸ ਵਾਲੇ ਉਹਨੇ ਵੀ ਪੈਸਾ ਖਾਧਾ ਕਈ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਜਿੱਥੇ ਤੱਕ ਮਤਲਬ ਇਹੋ ਜਿਹੀ ਪੁਲਿਸ ਤੇ ਜਿਹੜੀ ਕਾਰਵਾਈ ਆ ਉਹ ਤੇ ਹੁਣ ਅੱਜ ਇਹ ਮੁੱਖ ਮੰਤਰੀ ਉੱਥੋਂ ਦਾ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਆ ਉਹਨੇ ਕਿਹਾ ਸੀਗਾ ਕਿ ਮੈਂ ਕੋਈ ਬਦਮਾਸ਼ੀ ਨਹੀਂ ਚੱਲਣ ਦੇਣੀ ਮੈਂ ਬਦਮਾਸ਼ਾਂ ਦਾ ਇਨਕਾਊਂਟਰ ਕਰਾ ਦੇਣਾ ਪਰ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਛੋਟੇ ਜਿਹੇ ਬੱਚੇ ਦੀ ਅਗਰ ਮੰਨ ਲਈ ਗੱਲ ਮੌਤ ਹੋਈ ਆ ਜਾਂ ਉਦੋਂ ਮਰਡਰ ਕੀਤਾ ਗਿਆ ਉਹਦਾ ਤੇ ਹੁਣ ਬਦਮਾਸ਼ ਜਿਹੜੇ ਆ ਖੁੱਲੇ ਆਪ ਤੋਂ ਮਰ ਰਹੇ ਆ ਤੇ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਗਿਆ ਠੀਕ ਹੈ ਜੀ ਉਹ ਤਾਂ ਬੇਖੌਫ ਘੁੰਮਣਡੇ ਆ ਉਹਨਾਂ ਨੂੰ ਲੱਤੀ ਨਹੀਂ ਕੋਈ ਚੜੀ ਨਹੀਂ ਆ ਬਿਲਕੁਲ ਕੋਈ ਟੈਂਸ਼ਨ ਨਹੀਂ
इंसाफ के लिए परिवारक मेंबरां दे नाल तुसी की करोगे, पिंड वाले की करेंगे हर चरण पे? मैडम जी असि एक पिटीशन दायर की थी जो मतलब लखनऊ भेजी सी, लखनऊ कल टीम आई आ जिहड़ी जांच पड़ताल करन डई आ, उन्हां दोवां फ्रेंडां नूं चुक के लैके दोस्तां नूं चुक के लैके जांदी आ, और लखनऊ वाली ही टीम आ, टीम जिहड़ी लखनऊ तो टीम आ जी। हाँ जी, बाकी उस बच्चे दी बॉडी दे नाल बहुत ज्यादा इन्होंने गलत व्यवहार किया, बहुत ज्यादा। हाँ जी, ओदी बॉडी देखी, वीडियो कॉल ते भी मेरे तो जिहड़ी ओदी बॉडी देखी नहीं जा मतलब दायर किया जी, उन्होंने कारवाई की। पोस्टमार्टम किया गया, इस बारे कुछ दस सकते हो? डॉक्टर लखनऊ तो सीगा जी, मतलब एक्सपायर हो गए, ठीक है जी, हुण घर दे विच मां आ, वो खुद छोटा सीगा, ते ए दसो कि कमाउण वाला केड़ा आ, कोई नहीं, कोई नहीं, ठीक है। असीं हां जी उन्हां दा असीं जिथे भी अज कल जाइए पता आया कि पैसे लगते, ठीक है जी, वकील करांगे तब पैसे, वकील करांगे तब पैसे लगणगे, जे मतलब उन्हां कोल जावांगे ते तब पैसे लगणगे, ठीक है जी, उन्हां कोल विचारियां कोल पैसे खर्च करन जोगा भी मतलब जिहड़ा है ना, कि उह आपदे बच्चे दी कारवाई जिहड़ी है ना उह कर सकन। मैं सारी जिहड़े मेरे वीर आ सारी सज्जण आ जिहड़े उन्हां दे अगे हथ जोड़ के होके ना कि उस परिवार की मदद की जाए, ते मैं अकाउंट नंबर जिहड़ा उन्हां दा आ घर दा उह अकाउंट नंबर भी मतलब दे दांगा, अपनी मां दी मदद कर सके। ओह मां जिन्हें सारी उम्र अपनी धी नूं संभाल लिया सी, उहना चाहुंदी है कि मेरी अखां दी रोशनी आवे ते मैं अपने भरा दी ते मां दी मदद कर सकां किसे भी तरह दे नाल जी। उस भैन नूं 20 साल हो गए आ मंजे ते बैठी नूं,